Welcome to GTB College for Women Language lecture. So today is the first year lecture and the topic is difference between prose and poetry. Last lecture the lecture apan kitha si ga basic forms of literature jo takriban tin kitha si ga apan jithe vich poetry first and the second one is prose and third is drama. ਉਹਦੇ ਰੂਟਸ ਕਿਹਾ ਸੀ ਤੁਹਾਨੂੰ ਮੈਂ ਲਾਸਟ ਲੈਕਚਰ ਦੇ ਵਿੱਚ ਸੋ ਅੱਜ ਉਹਨਾਂ ਦਾ ਫਸਟ ਟੋਪਿਕ ਆ ਫਸਟ ਟੂ ਆ ਪੋਇਟਰੀ ਐਂਡ ਪ੍ਰੋਜ਼ ਉਹਨਾਂ ਦੇ ਵਿੱਚ ਕੀ ਫਰਕ ਆ ਪੋਇਟਰੀ ਮੀਨਸ ਸ਼ਾਇਰੀ ਐਂਡ ਪ੍ਰੋਜ਼ ਮੀਨਸ ਸਾਦਾ ਇੱਕ ਸਿੰਪਲ ਰਾਈਟਿੰਗ ਠੀਕ ਹੈ ਸੋ ਉਹਨਾਂ ਦੇ ਵਿੱਚ ਡਿਫਰੈਂਸਿਸ ਦੇਖਾਂਗੇ ਆਪਾਂ ਫਸਟ ਇਜ਼ ਪ੍ਰੋਜ਼ ਇਟ ਇਜ਼ ਅ ਡਾਇਰੈਕਟ ਔਰ ਸਟੇਟ ਫਾਰਵਰਡ ਰਾਈਟਿੰਗ ਸਭ ਤੋਂ ਪਹਿਲੀ ਗੱਲ ਕੀ ਆ ਵੀ ਪ੍ਰੋਜ਼ ਆ ਉਹ ਇੱਕ ਸਾਦੀ ਸਿੰਪਲ ਲੈਂਗੁਏਜ ਦੇ ਵਿੱਚ ਕੋਈ ਵੀ ਕਥਾ ਕੋਈ ਵੀ ਆਪਾਂ ਕੋਈ ਵੀ ਕਹਾਣੀ ਸ਼ੋਰਟ ਸਟੋਰੀ ਕੁਛ ਨਹੀਂ ਲਿਖਦੇ ਆ ਬਟ ਉਹਦੀ ਲੈਂਗੁਏਜ ਬਹੁਤ ਸਿੰਪਲ ਐਂਡ ਸਟੇਟ ਫਾਰਵਰਡ ਹੋਵੇ ਸੋ ਦੈਟ ਇਜ਼ ਅ ਪ੍ਰੋਸ ਫਸਟ ਪੁਆਇੰਟ ਬਹੁਤ ਕਲੀਅਰਟੀ ਦੇ ਨਾਲ ਆਪਾਂ ਇਹਨਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਡਿਫਰੈਂਸਿਸ ਕੀ ਨੇ ਵੀ ਪ੍ਰੋਸ ਕੀ ਹੁੰਦਾ ਅਤੇ ਪੋਇਟਰੀ ਕੀ ਹੁੰਦੀ ਹੈ ਦ ਨੈਕਸਟ ਇਜ਼ ਹੇਅਰ ਦਾ ਰਾਈਟਰ ਕਨਵੇਸ ਹਿਸ ਔਰ ਹਰ ਥੋਟਸ ਫੀਲਿੰਗਸ ਐਜ ਕਲੀਅਰਲੀ ਐਜ ਅ ਪੋਸੀਬਲ ਵੇ ਇੱਥੇ ਦਾ ਰਾਈਟਰ ਆ ਕੋਈ ਵੀ ਲੇਖਕ ਆ ਉਹ ਆਪਣੇ ਆਈਡੀਆਜ਼ ਨੂੰ ਆਪਣੇ ਥੋਟਸ ਨੂੰ ਆਪਣੇ ਭਾਵਨਾਵਾਂ ਨੂੰ ਬਹੁਤ ਹੀ ਸਾਦਗੀ ਦੇ ਨਾਲ ਬਹੁਤ ਹੀ ਕਲੀਅਰਟੀ ਦੇ ਨਾਲ ਜਿੰਨਾ ਉਹ ਕਰ ਸਕਦਾ ਉਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਕਿਹਦੇ ਵਿੱਚ ਪ੍ਰੋਜ਼ ਦੇ ਵਿੱਚ ਐਂਡ ਦ ਨੈਕਸਟ ਪੁਆਇੰਟ ਇਜ਼ ਪ੍ਰੋਜ਼ ਇਜ਼ ਲਾਈਕ ਵਾਕਿੰਗ ਇੱਥੇ ਗੌਰ ਰੱਖਣਾ ਤੁਸੀਂ ਪ੍ਰੋਜ਼ ਇਜ਼ ਲਾਈਕ ਵਾਕਿੰਗ ਵਾਕਿੰਗ ਹੁੰਦਾ ਚੱਲਣਾ ਇੱਥੇ ਇਹਦਾ ਮੀਨਿੰਗ ਚੱਲਣਾ ਵੀ ਆ ਇਹਦਾ ਮੀਨਿੰਗ ਆ ਇਟ ਹੈਜ਼ ਅ ਪਰਪਸ ਪਰਪਸ ਮੀਨਸ ਮਕਸਦ ਜਦੋਂ ਕੋਈ ਵੀ ਲੇਖਕ ਜਦੋਂ ਕੋਈ ਵੀ ਬੰਦਾ ਰਾਈਟਰ ਆ ਉਹ ਪ੍ਰੋਜ਼ ਦੇ ਵਿੱਚ ਕੋਈ ਵੀ ਵਰਕ ਲਿਖਦਾ ਤਾਂ ਉਹਦਾ ਇੱਕ ਕੀ ਹੁੰਦਾ ਮੋਟਿਵ ਹੁੰਦਾ ਉਹਦਾ ਇੱਕ ਮਕਸਦ ਹੁੰਦਾ ਫੋਰ ਐਗਜ਼ਾਮਪਲ ਇਟ ਫੰਕਸ਼ਨਲ ਐਂਡ ਪ੍ਰੋਵਾਈਡਸ ਇਨਫੋਰਮੇਸ਼ਨ ਉਹਦਾ ਮੇਨ ਮਕਸਦ ਕੀ ਹੁੰਦਾ ਕੰਮ ਦੇ ਨਾਲ ਕੀ ਕਰਨਾ ਜਾਣਕਾਰੀ ਮੁਹੱਈਆ ਕਰਨਾ ਇਨਫੋਰਮੇਸ਼ਨ ਦੇਣਾ ਦ ਥਰਡ ਪੁਆਇੰਟ ਇਜ਼ ਇਨ ਪ੍ਰੋਜ਼ ਵਟ ਇਜ਼ ਇੰਪੋਰਟੈਂਟ ਪ੍ਰੋਜ਼ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਕਿਹੜੀ ਆ ਇਜ਼ ਦਾ ਮੈਸੇਜ ਮੈਸੇਜ ਕਨਵੇ ਸਿਸਟਮ ਪ੍ਰੋਜ਼ ਦੇ ਜਿਹੜੀ ਪ੍ਰੋਜ਼ ਐਂਡ ਪੋਇਟਰੀ ਦੇ ਵਿੱਚ ਦੇਖੋ ਪੋਇਟਰੀ ਥੋੜ੍ਹੀ ਗੁੰਝਲਦਾਰ ਹੋ ਸਕਦੀ ਆ ਸ਼ਾਇਰੀ ਤੁਹਾਨੂੰ ਪਤਾ ਪਾ ਜਦੋਂ ਸ਼ਾਇਰੀ ਕਰਦੇ ਉਹਦੇ ਵਿੱਚ ਕਈ ਵਾਰ ਉਹਦੇ ਅਲਫਾਜ਼ ਇੱਦਾਂ ਦੇ ਹੁੰਦੇ ਆ ਵਰਡਿੰਗ ਇੱਦਾਂ ਦੇ ਹੁੰਦੇ ਆ ਕਿ ਹੈ ਨਾ ਆਊਟ ਆਫ ਦਾ ਬੋਕਸ ਬਟ ਇਨ ਪ੍ਰੋਜ਼ ਬਿਲਕੁਲ ਸਟੇਟ ਫਾਰਵਰਡ ਸਿੰਪਲ ਬਿਲਕੁਲ ਸਾਦਗੀ ਦੇ ਨਾਲ ਜਿਹਦੇ ਵਿੱਚ ਹਰ ਇੱਕ ਲਾਈਨ ਨੂੰ ਪੜ੍ਹਨ ਤੋਂ ਬਾਅਦ ਆਪਣਾ ਇੱਕ ਮੈਸੇਜ ਕਨਵੇ ਹੁੰਦਾ ਜਿੱਦਾਂ ਆਪਾਂ ਕੋਈ ਵੀ ਤੁਸੀਂ ਲਾ ਲਓ ਵੀ ਆਪਾਂ ਨੇ ਰਮਾਇਣ ਪੜ੍ਹਦੇ ਹਾਂ ਮਹਾਂਭਾਰਤ ਪੜ੍ਹਦੇ ਹਾਂ ਇੱਕ ਪੈਰਾ ਪੜ੍ਹਦੇ ਹਾਂ ਆਪਾਂ ਉਹ ਚੀਜ਼ ਸਮਝ ਆਉਂਦੀ ਆ ਸੋ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਕਹਿੰਦੇ ਨੇ ਪ੍ਰੋਜ਼ ਰਾਈਟਿੰਗ ਦੇ ਵਿੱਚ ਐਂਡ ਦਾ ਨੈਕਸਟ ਪੁਆਇੰਟ ਇਜ਼ ਫੋਰਥ ਵਨ ਅ ਪ੍ਰੋਜ਼ ਪੀਸ ਕੈਨ ਬੀ ਫਰੇਜ਼ਡ ਔਰ ਸਮਰਾਈਜ਼ਡ ਅਸਲ ਦੇ ਵਿੱਚ ਇੱਕ ਐਸੀ ਲਿਖਤਾ ਜਿਨ੍ਹਾਂ ਦੇ ਵਿੱਚ ਇੱਕ ਬਿਆਨ ਕਰਨ ਦਾ ਇੱਕ ਚੀਜ਼ ਨੂੰ ਪੇਸ਼ ਕਰਨ ਦੀ ਸ਼ੈਲੀ ਹੁੰਦੀ ਹੈ ਜਿੱਦਾਂ ਕੋਈ ਲੌਂਗ ਕਹਾਣੀ ਆਪਾਂ ਲੈ ਲਈਏ ਕੋਈ ਕਥਾਵਾਚਕ ਲੈ ਲਈਏ ਆਪਾਂ ਉਹਦੇ ਵਿੱਚ ਆਪਾਂ ਇੱਕ ਚੀਜ਼ ਨੂੰ ਉਹਦਾ ਇੱਕ ਸਮਰੀ ਹੁੰਦੀ ਆ ਇੱਕ ਉਹਨਾਂ ਦਾ ਥੀਮ ਹੁੰਦਾ ਉਹਨਾਂ ਨੂੰ ਪੈਰਾਡਾਈਜ਼ ਕਰਦੇ ਆਪਾਂ ਤਾਂ ਇਹ ਚੀਜ਼ਾਂ ਵੀ ਉਹਦੇ ਟੂਲਸ ਨੇ ਐਂਡ ਲਾਸਟ ਇਜ਼ ਪ੍ਰੋਜ਼ ਇਜ਼ ਅ ਲੈਟਿਨ ਵਰਡਸ ਅਸਲ ਦੇ ਵਿੱਚ ਲਾਤੀਨੀ ਸ਼ਬਦ ਹੈ ਇਹ ਕਿੱਥੋਂ ਆਇਆ ਜੇ ਆਪਾਂ ਨੂੰ ਪੁੱਛਦੇ ਵੀ ਇਹ ਲੈਟਿਨ ਲੈਂਗੁਏਜ ਦੇ ਵਿੱਚੋਂ ਲਿਆ ਗਿਆ ਇਹਦਾ ਸਿੱਧਾ ਜੇ ਕੋਈ ਆਪਾਂ ਨੂੰ ਪੁੱਛੇ ਵਰਡ ਇਜ਼ ਪ੍ਰੋਜ਼ ਇਹਦਾ ਮੀਨਿੰਗ ਕੀ ਆ ਤਾਂ ਸਿੰਪਲੀ ਆਪਾਂ ਕੀ ਕਹਿ ਸਕਦੇ ਹਾਂ ਵਿਚ ਮੀਨਸ ਡਾਇਰੈਕਟ ਔਰ ਸਟ੍ਰੇਟ ਡਾਇਰੈਕਟ ਮੀਨਸ ਸਿੱਧਾ ਸਾਦਾ ਹੈ ਠੀਕ ਹੈ ਬਿਲਕੁਲ ਸਾਦਗੀ ਆ ਸੋ ਇਨ ਦ ਨੈਕਸਟ ਮੂਵ ਨਾਓ ਪੋਇਟਰੀ ਸੋ ਸੈਕਿੰਡ ਆਪਣਾ ਪੋਇਟਰੀ ਇਹ ਤੋਂ ਥੋੜ੍ਹਾ ਜਿਹਾ ਬਸ ਆਪਾਂ ਕਹਿੰਦੇ 19 ਦਾ ਫਰਕ ਆ ਉਹ ਇੱਕ ਸਟੇਟ ਫਾਰਵਰਡ ਰਾਈਟਿੰਗ ਸੀਗੀ ਇਹ ਥੋੜ੍ਹੀ ਇੰਨੀ ਗੁੰਝਲਦਾਰ ਵੀ ਨਹੀਂ ਇੱਕ ਸ਼ਾਇਰੀ ਟਾਈਪ ਆ ਸ਼ਾਇਰੀ ਜਿੱਦਾਂ ਆਪਾਂ ਕਰਦੇ ਹਾਂ ਸੋ ਫਸਟ ਆਫ ਆਲ ਪੋਇਟਰੀ ਵਿਚ ਇਜ਼ ਜਨਰਲੀ ਰਿਟਨ ਇਨ ਵਰਡਸ ਲੀਵਸ ਅ ਲੋਟ ਆਫ ਥਿੰਗਸ ਅਨਸੈਡ ਜਿਨ੍ਹਾਂ ਨੂੰ ਆਪਾਂ ਵਰਡਸ ਦੇ ਵਿੱਚ ਲਿਖਦੇ ਹਾਂ ਪਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿਹੜੇ ਨੇ ਉਹ ਅਨਸੈਡ ਜਿਹੜੀਆਂ ਕਦੇ ਕਹੀਆਂ ਨਹੀਂ ਜਾਂਦੀਆਂ ਹੈਗੀਆਂ ਜਿੱਦਾਂ ਕੋਈ ਵੀ ਆ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ ਆਪਾਂ ਕੋਈ ਵੀ ਪੰਜਾਬੀ ਇੰਗਲਿਸ਼ ਕੁਛ ਵੀ ਕਰ ਲਓ ਆਪਾਂ ਉਹਨਾਂ ਦਾ ਕੰਟੈਸਟ ਲੈ ਕੇ ਉਹਨਾਂ ਦੀ ਐਕਸਪਲੇਨੇਸ਼ਨ ਕਰਦੇ ਹਾਂ
ਤਾਂ ਉਹਦੇ ਵਿੱਚ ਅਨਸੈਡ ਥਿੰਗਸ ਨੇ, ਠੀਕ ਆ। ਜਿੱਦਾਂ ਆਪਾਂ ਕਹਿੰਦੇ ਬਾਰਿਸ਼ਾ ਹੈ, ਆਪਾਂ ਕਹਿੰਦੇ ਹਾਂ ਵੀ ਹੀਰ ਆਗ ਦੇ ਜੋਗਿਆਂ ਝੂਠ ਬੋਲੇ, ਹੁਣ ਉਹਨਾਂ ਦੇ ਆਪਾਂ ਬਿਆਨ ਕਰਦੇ ਹਾਂ। ਕਈ ਵਾਰ ਉਹਨਾਂ ਦੇ ਗੁੰਝਲਦਾਰ ਸ਼ਬਦ ਹੁੰਦੇ ਨੇ ਜਿਹੜੇ ਕਦੇ ਕਹੀਆਂ ਨੇ, ਬਟ ਇੱਕ ਜਿਹੜਾ ਕਥਾ ਵਾਚਕ ਕੋਈ ਬੰਦਾ ਜਿਹੜਾ ਇੱਕ ਨਰੇਟਰ ਆ ਉਹਨੂੰ ਆਪਣੀ ਲੈਂਗੁਏਜ ਦੇ ਵਿੱਚ ਬਿਆਨ ਕਰਦਾ। ਸੋ ਦੈਟ ਇਜ਼ ਅਨਸੈਡ ਐਂਡ ਟੂ ਦਾ ਇਨਫੋਰਮੇਸ਼ਨ ਟੂ ਦਾ ਰੀਡਰ, ਤਾਂ ਕਿ ਉਹ ਜਿਹੜੀਆਂ ਗੁੰਝਲਦਾਰ ਚੀਜ਼ਾਂ ਨੇ, ਜਿਹੜੀਆਂ ਚੀਜ਼ਾਂ ਇੱਕ ਰਾਈਟਰ ਸਮਝਾਉਣਾ ਚਾਹੁੰਦਾ, ਸੋ ਉਹਨਾਂ ਨੂੰ ਥਰਡ ਪਰਸਨ ਜਿਹੜਾ ਇੱਕ ਟੀਚਰ ਆ, ਇੱਕ ਰਾਈਟਰ ਆ, ਉਹ ਆਪਣੇ ਰੀਡਰਸ ਨੂੰ ਮੈਸੇਜ ਕਨਵੇ ਕਰਵਾਵੇ। ਪ੍ਰੋਜ਼ ਦੇ ਵਿੱਚ ਉਹਦੇ ਕੋਲ ਡਾਇਰੈਕਟ ਕਨਵੇ ਹੋ ਜਾਂਦਾ, ਪੋਇਟਰੀ ਨੂੰ ਪੜ੍ਹਾਉਣਾ ਪੈਂਦਾ, ਸਮਝਾਉਣਾ ਪੈਂਦਾ ਕਿ ਕਲਾਸ ਦੇ ਵਿੱਚ। ਸੋ ਦ ਨੈਕਸਟ ਇਜ਼ ਪੋਇਟਰੀ ਇਜ਼ ਲਾਈਕ ਡਾਂਸ, ਉੱਥੇ ਕੀ ਸੀਗਾ, ਪ੍ਰੋਜ਼ ਇਜ਼ ਲਾਈਕ ਆ ਵਾਕਿੰਗ, ਉਹਦਾ ਇੱਕ ਮਕਸਦ ਹੁੰਦਾ ਲਿਖਣ ਦਾ, ਬਟ ਪੋਇਟਰੀ ਇਜ਼ ਆ ਲਾਈਕ ਡਾਂਸ, ਕੁਛ ਦਿਖਾਉਣਾ। ਪੋਇਟਰੀ ਦੇ ਵਿੱਚ ਆਪਾਂ ਕੁਛ ਦਿਖਾਉਂਦੇ ਹਾਂ, ਕੁਛ ਪੇਸ਼ਕਾਰੀ ਕਰਦੇ ਹਾਂ। ਫੋਰ ਐਗਜ਼ਾਮਪਲ, ਇਟਸ ਏਮ ਟੂ ਡਿਲਾਈਟ, ਇਹਦਾ ਮਕਸਦ ਕੀ ਹੁੰਦਾ, ਲੋਕਾਂ ਨੂੰ ਖੁਸ਼ ਕਰਨਾ। ਆਪਾਂ ਜਦੋਂ ਵੀ ਕੋਈ ਉਦਾਸ ਹੁੰਦੇ ਹਾਂ, ਆਪਾਂ ਗਜ਼ਲ ਸੁਣਦੇ ਹਾਂ, ਨਜ਼ਮ ਸੁਣਦੇ ਹਾਂ, ਸ਼ਾਇਰੋ ਸ਼ਾਇਰੀ ਲਿਖਦੇ ਹਾਂ ਜਾਂ ਗਾਉਂਦੇ ਹਾਂ। ਸੋ ਨੈਕਸਟ ਇਜ਼ ਇਨ ਪੋਇਮ, ਵਾਟ ਇਜ਼ ਇੰਪੋਰਟੈਂਟ ਇਜ਼ ਦਾ ਐਕਸਪੀਰੀਅੰਸ ਕਨਵੇ ਰੈਦਰ ਦੈਨ ਓਨਲੀ ਮੀਨਿੰਗ ਔਰ ਇਨਫੋਰਮੇਸ਼ਨ। ਪੋਇਟਰੀ ਦੇ ਵਿੱਚ, ਅਸਲ ਦੇ ਵਿੱਚ ਪੋਇਮ ਦੇ ਵਿੱਚ ਕੀ ਹੁੰਦਾ, ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ, ਉਹਦੇ ਐਕਸਪੀਰੀਅੰਸ ਨੇ, ਉਹ ਐਕਸਪੀਰੀਅੰਸ ਨੂੰ ਕਨਵੇ ਕਰਨਾ, ਇਹ ਬਨਸਪਤੀ ਤੋਂ ਕੀ ਆਪਾਂ ਉਹਦੇ ਮੀਨਿੰਗ ਅਤੇ ਇਨਫੋਰਮੇਸ਼ਨ ਦੇ ਵਿੱਚ ਕਹੀਏ। ਆਪਾਂ ਜਿਹੜਾ ਥਰਡ ਪੁਆਇੰਟ ਕੀਤਾ ਸੀਗਾ ਪ੍ਰੋਜ਼ ਦੇ ਵਿੱਚ, ਉਹ ਸੀਗਾ ਇੰਪੋਰਟੈਂਟ ਸੀਗਾ ਉਹਦੇ ਮੈਸੇਜ ਕਨਵੇ ਸਿਸਟਮ, ਵੀ ਮੈਸੇਜ ਕਿੱਦਾਂ ਕਨਵੇ ਹੋ ਗਿਆ ਇਹਦੇ ਵਿੱਚ, ਵਨ ਬਾਏ ਵਨ ਇਹਦੇ ਵਿੱਚ ਹੁੰਦਾ ਵੀ ਉਹਦੇ ਐਕਸਪੀਰੀਅੰਸ ਕਿੱਦਾਂ ਕਨਵੇ ਹੋ ਗਏ ਨੇ। ਐਂਡ ਦਾ ਫੋਰਥ ਇਜ਼ ਸਟਾਈਲ ਆਫ ਰਾਈਟਿੰਗ ਇਜ਼ ਇੰਪੋਰਟੈਂਟ, ਜਦੋਂ ਆਪਾਂ ਲਿਖਣ ਦੀ ਕੋਈ ਸ਼ੈਲੀ ਦੀ ਗੱਲ ਕਰਦੇ ਹਾਂ, ਬਹੁਤ ਵਿਅੰਗਮਈ ਤਰੀਕੇ ਦੇ ਨਾਲ, ਬਹੁਤ ਸਟੇਟ ਫਾਰਵਰਡ, ਉਹ ਕੀ ਹੈ ਇੱਕ ਕਵਿਤਾ, ਉਹ ਇੱਕ ਪੋਇਟਰੀ। ਲਾਸਟ ਇਜ਼ ਵੀ ਕੈਨ ਐਂਡ ਡੂ, ਅਸੀਂ ਕਹਿ ਸਕਦੇ ਹਾਂ ਅਤੇ ਕਰਦੇ ਹਾਂ। ਪੈਰਾਇਜ਼ਡ ਆਫ ਸੋਰੀ ਪੈਰਾਇਜ਼ਡ ਅ ਪੋਇਮ, ਬਟ ਦਾ ਫ੍ਰੇਜ਼ਡ ਆਫ ਦਾ ਪੋਇਮ ਇਜ਼ ਨੋਟ ਦਾ ਪੋਇਮ, ਆਪਾਂ ਪੋਇਮ ਦੀ ਵਿਆਖਿਆ ਤਾਂ ਕਰਦੇ ਹਾਂ, ਬਟ ਵਿਆਖਿਆ ਨੂੰ ਆਪਾਂ ਕਵਿਤਾ ਦਾ ਰੂਪ ਨਹੀਂ ਦੇ ਸਕਦੇ, ਇਹ ਪ੍ਰੋਜ਼ ਤੋਂ ਡਿਫਰੈਂਟ। ਸੋ ਆਪਾਂ ਤੁਹਾਨੂੰ ਇਹ ਚੀਜ਼ਾਂ ਤੁਹਾਡੀਆਂ ਕਨਵੇ ਹੋਣੀਆਂ ਹੋਣੀਆਂ ਸਮਝ ਲੱਗੀਆਂ ਹੋਈਆਂ। ਸੋ ਅੱਗੇ ਆਪਾਂ ਡਰਾਮਾ ਬਾਰੇ ਨੈਕਸਟ ਲੈਕਚਰ 'ਚ ਗੱਲ ਕਰਾਂਗੇ। ਥੈਂਕ ਯੂ।